अपने शहर और आसपास की खबरें पाने के लिए हमारे न्यूज़ चैनल को सब्सक्राइब करें और साथ में लगे घंटी वाले बटन को दबाएं। नगर पंचायत तलवाड़ा के सेक्टर नंबर 3 में घर की रसोई में गैस सिलेंडर में एकदम आग लगने से घर का सारा सामान जलकर राख हो गया है। इस दौरान परिवार के सदस्यों ने रसोई घर से भागकर जान बचाई। वाकया शनिवार देर शाम का है। बताया जा रहा है कि इस घर में रहने वाले पूर्ण की पत्नी ने जैसे ही आकर सिलेंडर को जलाया तो सिलेंडर ने एकदम से आग पकड़ ली। देखते ही देखते रसोई घर में रखा सारा सामान जलकर राख हो गया। इस दौरान वह रसोई घर से भागकर बाहर आ गए और शोर मचाया। उनकी आवाज को सुनकर पड़ोसी वहां पहुंचे। पड़ोसी सोनू थापर व दमकल विभाग की टीम ने जलते हुए सिलेंडर को रसोई घर से उठाकर बाहर खुले में फेंका व रसोई की आग बुझाई। हाँ जी अंकल जी, की नाम है तुम्हारा? पूरन सिंह जी। अच्छा जी, की गल हुई सी? ਇਹ ਜੀ ਮੈਂ ਸਿਲੰਡਰ ਅਸੀਂ ਲਾਂਦੇ ਸੀ ਤੇ ਕੀ ਸਾਦੇ ਆ ਸਿਲੰਡਰ ਲਾਂਦੇ ਲਾਂਦੇ ਹੀ ਰੈਗੂਲੇਟਰ ਫੇਰ ਟੁੱਟ ਕੀਤਾ। ਬਾਅਦ ਦੇ ਵਿੱਚ ਜੀਰੇ ਗੈਸ ਚਲਾਉਣ ਲਈ ਚੁੱਲ੍ਹਾ ਚਲਾਇਆ ਤੇ ਯਕਦਮ ਹੀ ਅੱਗ ਪੈ ਗਈ, ਸਾਰੇ ਸਿਲੰਡਰ ਨੂੰ ਪਹੁੰਚ ਗਈ ਅੱਗ। ਕਿਹੜੀ ਕੰਪਨੀ ਦਾ ਸਿਲੰਡਰ ਸੀਗਾ? ਇਹ ਇੰਡੀਅਨ ਦਾ ਜੀ। ਤੁਹਾਨੂੰ ਉਹਨਾਂ ਨੇ ਸੀਲ ਚੈੱਕ ਕਰਕੇ ਦਿੱਤਾ ਸੀਗਾ ਜੀ? ਨਹੀਂ ਜੀ, ਸੀਲ ਤਾਂ ਕਿਸੇ ਨੇ ਚੈੱਕ ਕੀਤੀ ਨਹੀਂ। ਅੱਛਾ ਜੀ, ਹਾਂਜੀ। ਤੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਨੁਕਸਾਨ ਹੋਣਾ ਜੀ 50-60 ਹਜ਼ਾਰ ਦਾ ਤਾਂ ਹੋ ਹੀ ਗਿਆ। ਅੱਛਾ, ਹੁਣ ਦੋ ਤਾਂ ਫੋਨ ਹੀ ਕੀ ਸਾਦੇ ਆ। ਅੱਛਾ, ਉਹ ਵੀ ਖਰਾਬ ਹੋ ਗਏ, ਸੜ ਗਏ ਉਹ ਵੀ ਵਿੱਚੇ ਹੀ। ਅੱਛਾ ਜੀ, ਫਿਰ ਆਰ ਉਹੀ ਇੱਕ ਉਹ ਸੜ ਗਿਆ। ਅੱਛਾ ਜੀ, ਹੋਰ ਇੱਕ ਬੋਤਲ ਹੀ 5000 ਦੀ ਉਹ ਸੜ ਗਈ। ਅੱਛਾ ਜੀ, ਬਾਕੀ ਹੋਰ ਸਮਾਨ ਜਿੰਨਾ ਵੀ ਰਸੋਈ ਦਾ ਸਾਰਾ ਹੀ ਸੜ ਗਿਆ। ਟੀਵੀ ਟੂਵੀ ਐਲਸੀਡੀ ਸਭ ਕੁਝ ਸੜ ਗਿਆ। ਇਹ ਸਾਰੇ ਸਾਟ ਉਟ ਹੋ ਗਏ ਜੀ। ਅੱਛਾ ਜੀ, ਹੁਣ ਤੁਸੀਂ ਕੀ ਮੰਗ ਕਰਦੇ ਹੋ? ਇਹ ਜੀ ਅੱਗੇ ਜੋਰ ਕਰੇਗੇ, ਮੈਂ ਕਹਿੰਦਾ ਦੇਖੋ ਕੀ ਕਰਦਾ। ਨਹੀਂ, ਤੁਸੀਂ ਕਲੇਮ ਜਿਹੜਾ ਇੰਡੀਅਨ ਆਇਲ ਵਾਲਿਆਂ 'ਚ ਇੰਡੀਅਨ ਵਾਲਿਆਂ 'ਚ ਗੈਸ ਵਾਲਿਆਂ 'ਚ ਕੀ ਹਰਜਾਨੇ ਦੀ ਮੰਗ ਕਰਦੇ ਹੋ? ਕੋਈ ਸਾਨੂੰ ਦਿੱਤਾ ਜਾਵੇ ਜੋਰ ਦੇਣਾ ਹਰਜਾਨਾ ਆਪਣਾ, ਨੁਕਸਾਨ ਸਾਡਾ ਦਿੱਤਾ ਜਾਵੇ। ਇਹ 'ਚ ਨਗੇਲੀ ਤੁਸੀਂ ਕਿਹਦੀ ਮੰਨਦੇ ਆ ਜੀ? ਇਹ ਤਾਂ ਫਿਰ ਗੈਸ ਵਾਲਿਆਂ ਦੀ, ਇੰਡੀਅਨ ਵਾਲਿਆਂ ਦੀ ਹੋ ਸਕਦੀ ਹੈ ਵੀ ਜਿਹੜਾ ਗੈਸ ਲੀਕ ਕਰਦੀ। ਮੈਂ ਕਲਾਵਤੀ, ਵਾਰਡ ਨੰਬਰ 9। ਮੇਰੇ ਗੁਆਂਢ ਵਿਚ ਹੀ ਕੱਲ ਦੁਪਹਿਰੇ 2:30 ਵਜੇ 1213 LT2 ਸੈਕਟਰ 3 ਦੇ ਵਿਚ ਪੂਰਨ ਚੰਦ ਜੀ ਭਾਈ ਸਾਹਿਬ ਇਹ ਆਪਣੇ ਸਿਲੰਡਰ ਨੂੰ ਬਦਲਣ ਲੱਗੇ ਸਨ ਤਾਂ ਸਿਲੰਡਰ ਦੇ ਵਿਚ ਲੀਕੀ ਸੀ। ਜਦੋਂ ਬਦਲ ਕੇ ਰੈਗੂਲੇਟਰ ਲਾ ਕੇ ਗੈਸ ਆਨ ਕੀਤਾ ਤਾਂ ਲਗਾਉਂਦੇ ਸਾਰ ਹੀ ਸਿਲੰਡਰ ਦੇ ਵਿਚ ਅੱਗ ਭੜਕ ਉੱਠੀ, ਜਿਹਦੇ ਕਾਰਨ ਭਿਆਨਕ ਅੱਗ ਘਰ ਦੇ ਵਿਚ ਲੱਗ ਗਈ। ਰਸੋਈ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਰਸੋਈ ਦਾ ਪਲਾਸਟਰ ਵਗੈਰਾ ਨੂੰ ਬਹੁਤ ਨੁਕਸਾਨ ਹੋਇਆ ਔਰ ਘਰ ਦੇ ਜੋ ਘਰੇਲੂ ਸਮਾਨ ਹੈ, ਫਰਿੱਜ, ਟੀਵੀ ਵਗੈਰਾ, ਜੋ ਇਲੈਕਟ੍ਰੋਨਿਕ ਸਮਾਨ ਸੀਗਾ ਉਹ ਸਾਰਾ ਸ਼ਾਰਟ ਹੋ ਗਿਆ ਔਰ ਘਰ ਦੇ ਜੋ ਘਰੇਲੂ ਸਮਾਨ ਨੂੰ ਬਹੁਤ ਜ਼ਿਆਦਾ ਨੁਕਸਾਨ ਆਇਆ ਹੈ। ਮੈਂ ਸਮਝਦੀ ਹਾਂ ਕਿ ਇੰਡੀਅਨ ਗੈਸ ਵਾਲਿਆਂ ਦੀ ਇਹ ਸਭ ਤੋਂ ਵੱਡੀ ਅਣਗਹਿਲੀ ਹੈ ਜੋ ਕਿ ਸਿਲੰਡਰ ਦਿੰਦੇ ਹੋਏ ਲੀਕੇਜ ਦੀ ਚੈਕਿੰਗ ਨਹੀਂ ਕਰਵਾਈ ਜਾਂਦੀ ਕਿ ਸਿਲੰਡਰ ਲੀਕ ਹੈ ਜਾਂ ਨਹੀਂ। ਮੈਂ ਅੱਗੇ ਤੋਂ ਕੰਪਨੀ ਦੇ ਵੱਲੋਂ ਮੰਗ ਕਰਦੀ ਹਾਂ ਕਿ ਹਰ ਪਰਿਵਾਰ ਨੂੰ ਸਿਲੰਡਰ ਦਿੰਦੇ ਹੋਏ ਸਭ ਤੋਂ ਪਹਿਲਾਂ ਸਿਲੰਡਰ ਦੀ ਲੀਕੇਜ ਦੀ ਚੈਕਿੰਗ ਕਰਵਾ ਕੇ ਪਰਿਵਾਰ ਨੂੰ ਸਿਲੰਡਰ ਦੇਣਾ ਚਾਹੀਦਾ ਹੈ ਔਰ ਜੋ ਇਨ੍ਹਾਂ ਦਾ ਬਣਦਾ ਮੁਆਵਜ਼ਾ ਹੈ ਮੈਂ ਕੰਪਨੀ ਤੋਂ ਬੇਨਤੀ ਕਰਦੀ ਹਾਂ ਕੰਪਨੀ ਨੂੰ ਕਿ ਜੋ ਇਨ੍ਹਾਂ ਦਾ ਬਣਦਾ ਮੁਆਵਜ਼ਾ ਹੈ ਘਰ ਪਰਿਵਾਰ ਨੂੰ ਇਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਥੈਂਕ ਯੂ। ਐਨਕਾਊਂਟਰ ਤਲਵਾੜਾ ਸੇ ਜੋਤੀ ਗੌਤਮ ਕੀ ਰਿਪੋਰਟ।